लिबनान के बेरूत शहर की जेल च फसे कुछ पंजाबी नौजवानों वालों एक वीडियो बना के भेजी गई है। वीडियो च इन्हां नौजवानों ने अपना दर्द सुनाउंदिया MP भगवंत मान नूं गुहार लगाई है कि इन्हां नूं वापस भारत लिया जाए। इस तों इलावा उन्होंने यह भी दस्सिया कि उन्हां नूं इत्थों भारत भेजण लई पैसे भी लै गए सन, पर इस दे बावजूद उन्हां दी कोई मदद नहीं की गई। इन्हां नौजवानों मुताबक ये सारे पिछले 6 महीनों तों इत्थे फसे हुए ने। हाँ जी वीरो, आ जिहड़ी वीडियो बना लगे हाँ असीं, इह हैगी आ लिबनान शहर आ, लिबनान कंट्री आ, बेरूत इहदा शहर आ। इह जेल दी वीडियो आ बई जी। इह असीं जी इह मुंडे जिन्ने भी असीं 23 जणे इस रूम दे विच फसे होए आंगे तकरीबन 6 महीने दे उत्तों। 6 महीने साड़ी ना तां कोई सुनवाई कर रहा, ठीक है, ना ही साडे कोल एम्बेसी आ रही है, ते इहदे करके असीं मसले दे विच वीर भरा फसे होए आ। ते घरां दे विच सुन वी पता बई बहुत मुश्किल आउंदियां, ते 6 महीने तो इन्होंने एक वारी भी एम्बेसी ने साडा कोई साथ नहीं दिता। साढ़े डेली तो इत्थे कुट पैंदी आ, ठीक है, ते बाकी आ बई दस ही दूगा। ਅਸੀਂ ਅੰਬੈਸੀ ਵੀ ਜਾ ਗਏ ਇੰਡੀਆ ਅੰਬੈਸੀ ਦੇ ਵਿੱਚ, ਜਿੱਥੇ ਕਿ ਸਾਨੂੰ 1-1 ਲੱਖ ਰੁਪਏ ਦੀ ਡਿਮਾਂਡ ਦਿੱਤੀ। ਜਿੰਨੇ ਬੰਦੇ ਸਾਰੇ 1-1 ਲੱਖ ਰੁਪਇਆ ਬਾਹਰ ਦੇ ਕੇ ਆਏ। ਇੱਥੇ ਹੁਣ ਜਿਹੜਾ ਬਾਹਰ ਹੈ ਗੁਰਦੁਆਰੇ ਦਾ ਗ੍ਰੰਥੀ ਇੱਥੇ ਡਾਉਣ ਸਿਆਰ ਪੈਂਦਾ ਬਾਬਾ ਮਨਜੀਤ, ਜਿੰਨੇ ਕਿ 50-50 ਹਜ਼ਾਰ ਰੁਪਇਆ ਇੰਡੀਆ ਦਾ ਲੈ ਗਏ ਕਿ ਸਾਨੂੰ ਇੱਥੇ ਜੇਲ੍ਹ ਦੇ ਵਿੱਚ ਕਰਾਇਆ ਅੰਬੈਸੀ ਵਾਲੇ ਨਾਲ ਰਲ ਕੇ। ਹੁਣ ਇੱਥੇ ਫਿਰ ਸਾਨੂੰ 1-1 ਲੱਖ ਰੁਪਏ ਦੀ ਡਿਮਾਂਡ ਰੱਖੀ ਗਈ ਕਿ 1-1 ਲੱਖ ਰੁਪਇਆ ਦਿਓ, ਫਿਰ ਤੁਹਾਨੂੰ ਇੰਡੀਆ ਚੜ੍ਹਾਵਾਂਗੇ। ਕਿ ਜਿਹੜੀ ਖਬਰ ਇੰਡੀਆ ਦੇ ਵਿੱਚ 27 ਤਰੀਕ ਨੂੰ ਜਹਾਜ਼ ਦੀ ਆ ਰਹੀ ਹੈ, ਉਹ ਅਸੀਂ ਸਾਰੇ ਇੱਥੇ ਬੈਠੇ ਹੋਏ ਹਾਂ। ਬਾਹਰੋਂ ਪੈਸੇ ਲੈ ਕੇ ਉਹਨਾਂ ਨੇ ਬਾਹਰਲੇ ਬੰਦੇ ਲਿਬਨਾਨ ਦੇ ਵਿੱਚੋਂ ਕੱਢ ਦਿੱਤੇ। ਅਸੀਂ 51 ਬੰਦੇ ਹਾਂ ਇਸ ਟਾਈਮ, 23 ਬੰਦੇ ਇਸ ਰੂਮ ਦੇ ਵਿੱਚ ਹੈ, ਬਾਕੀ ਉੱਧਰ ਹੈ। ਕਿ ਸਾਨੂੰ ਡੇਲੀ ਕੁੱਟ ਪੈਂਦੀ, ਡੇਲੀ ਕੁੱਟਦੇ ਆ, ਮਾਰਦੇ ਆ। ਜੇ ਅਸੀਂ ਇੰਡੀਆ ਦਾ ਕਹੀਏ ਕਿ ਮੁੜ ਕੇ ਸਵੇਰ ਨੂੰ ਕੁੱਟ ਪੈਂਦੀ ਹੈ, ਅਸੀਂ ਅੰਬੈਸੀ ਵਾਲਿਆਂ ਨੂੰ ਫੋਨ ਕਰੀਏ ਕਿ ਸਾਨੂੰ ਇੰਡੀਆ ਚੜ੍ਹਾਓ। ਅਸੀਂ ਰੋਟੀ ਦੀ ਵੀ ਸਟ੍ਰੈਕ ਕੀਤੀ, ਰੋਟੀ ਨਹੀਂ ਖਾਧੀ 2 ਦਿਨ। ਸਾਡੇ ਸਾਨੂੰ ਅੰਬੈਸੀ ਨੇ ਇੰਨੀ ਗੱਲ ਕਹੀ ਸਾਡੇ ਨੂੰ ਮਰਨਾ ਮਰ ਜੂ, ਕੋਈ ਬਾਂਹ ਨਹੀਂ ਫੜਦਾ। ਕਹਿੰਦੇ 1-1 ਲੱਖ ਰੁਪਇਆ ਦਿਓ, ਫਿਰ ਤੁਹਾਨੂੰ ਇੰਡੀਆ ਚੜ੍ਹਾਉਣਾ। ਸਾਡੇ ਨੂੰ ਮਰ ਜਾਓ, ਫੂਕੇ ਜਾਓ, ਕੁਝ ਕਰ ਲਓ, ਅੱਗ ਲਾਓ। ਕਿ ਸਾਡਾ ਸਾਨੂੰ ਇੱਥੇ ਜੇ ਕਿਸੇ ਨੂੰ ਕੁਝ ਹੋ ਗਿਆ, ਸਾਡੀ ਇੱਥੇ ਅੰਬੈਸੀ ਜ਼ਿੰਮੇਵਾਰ ਹੋਊਗੀ ਜਾਂ ਬਾਬਾ ਮਨਜੀਤ ਜ਼ਿੰਮੇਵਾਰ ਹੋਊਗਾ। ਕਿ ਜਿਹਨੇ 50-50 ਲੱਖ ਰੁਪਇਆ ਲੈ ਕੇ ਬਾਹਰੋਂ 50,000 ਦੀ ਟਿਕਟ ਲੈ ਕੇ ਬੰਦਿਆਂ ਨੂੰ ਬਾਹਰੋਂ ਉਹਨੇ ਚੜ੍ਹਾਇਆ, ਸਾਰਿਆਂ ਨੇ ਪੈਸੇ ਖਾਧੇ ਰਲ ਮਿਲ ਕੇ, ਅੰਬੈਸੀ ਕੋਈ ਸਾਡਾ ਸਾਥ ਨਹੀਂ ਫੜਦੀ। ਠੀਕ ਹੈ, ਅਸੀਂ ਕੱਲ੍ਹ ਨੂੰ ਲੱਗੇ ਹਾਂ ਉਰੇ ਅੱਗ ਲਾਉਣ, ਅਤੇ ਕੱਲ੍ਹ ਨੂੰ ਕੋਈ ਸਾਡਾ ਨੁਕਸਾਨ ਹੋਊਗਾ ਜਾਂ ਕੋਈ ਸਾਡੇ 'ਚੋਂ ਵੀਰੇ ਮਰ ਗਿਆ, ਸਾਡੀ ਅੰਬੈਸੀ ਅਤੇ ਇੱਕ ਆ ਬਾਬਾ ਮਨਜੀਤ ਆ ਜ਼ਿੰਮੇਵਾਰ ਹੋ। ਅਤੇ ਵੀਰੇ ਆਹ ਮੁੱਦੇ 'ਤੇ ਵੀਡੀਓ ਬਣਾਈ ਹੈ, 6-6 ਮਹੀਨੇ ਹੋ ਜਾਂਦੇ, 6 ਮਹੀਨੇ ਹੋ ਗਏ ਵੀਰੇ, ਸਾਰੇ ਪੈਸਿਆਂ ਤੋਂ ਦੁਖੀ ਆ। ਇੱਥੇ ਕੋਈ ਪੈਸਾ ਨਹੀਂ ਆਉਂਦਾ, ਕੋਈ ਕੱਖ ਨਹੀਂ ਆਉਂਦਾ, ਨਾ ਵੀਰੇ ਕੋਈ ਰੋਟੀ ਪਾਣੀ ਉਰੇ ਚੱਜ ਦਾ, ਨਾ ਲੈਣਾ ਨਾ ਦੇਣਾ। ਸਾਨੂੰ ਵੀਰ ਜੀ ਇੱਥੇ ਬਹੁਤ ਟਾਈਮ ਹੋ ਗਿਆ, ਜ਼ਿਆਦਾ 6 ਮਹੀਨੇ ਤੋਂ। ਹਰ ਇੱਕ ਨੂੰ ਆਪੋ ਆਪਣੇ ਤੁਸੀਂ ਘਰ ਵਿੱਚ ਜਾਈਏ, 6 ਮਹੀਨੇ ਹੋ ਗਿਆ, ਕਿਸੇ ਨੂੰ ਰੋਟੀ ਨਹੀਂ, ਕਿਸੇ ਨੂੰ ਪਾਣੀ ਨਹੀਂ। ਅਸੀਂ ਇਹ ਤਾਂ ਬਹੁਤ ਦੁਖੀ ਬੈਠੇ ਇੱਥੇ, ਬਾਹਰ ਇੱਕ ਨੂੰ ਪਰਿਵਾਰ ਵਿੱਚ ਮਿਲਦੀ ਬਹੁਤ ਜੀ ਕਰਦਾ, ਪਰ ਸਾਡੀ ਕੋਈ ਸੁਣਵਾਈ ਨਹੀਂ ਸੁਣਦੇ। ਇੱਥੋਂ ਤੱਕ ਵੀ ਬਾਹਰੋਂ ਵੀ ਕਿੱਥੇ ਜੱਟ ਗਿਆ ਜਹਾਜ਼, ਇੰਨਾ ਕੋਈ ਸਾਡੀ ਬਾਂਹ ਨਹੀਂ ਕੀਤੀ। ਸਾਨੂੰ ਹਜ਼ਾਰ ਡਾਲਰ ਕਹਿੰਦੇ ਸੀ ਕਿੱਥੋਂ ਨਹੀਂ, 6-6 ਮਹੀਨੇ ਹੋ ਗਏ। ਅੱਛਾ ਰੋਟੀ ਪਾਣੀ ਤੋਂ ਅਸੀਂ ਤੰਗ ਬੈਠੇ ਹਾਂ, ਜੇ ਸ਼ਾਮ ਨੂੰ ਜਾਈਦਾ ਸਵੇਰੇ ਜਾਈਦਾ ਸਾਨੂੰ ਧੱਕੇ ਮਾਰਦੇ ਆ, ਨਾ ਅਜੇ ਰੋਟੀ ਮਿਲਦੀ ਕਿਸੇ ਨੂੰ, ਨਾ ਕੋਈ ਗੱਲ, ਨਾ ਸਾਡੀ ਇੱਕੋ ਹੀ ਅਪੀਲ ਆ ਬਈ ਇਹਦੇ ਨੰਬਰ ਸਾਡੀ ਮੈਸੇਜ ਨੂੰ, ਜੇ ਅਸੀਂ ਕੋਈ ਵੀ ਗੱਲਬਾਤ ਸਾਡੇ 'ਚੋਂ ਕਿਸੇ ਨੂੰ ਹੋ ਗਈ, ਸਾਡੀ ਮੈਸੇਜ ਜ਼ਿੰਮੇਵਾਰ ਆ, ਮਨਜੀਤ ਬਾਬਾ ਜ਼ਿੰਮੇਵਾਰ ਆ। ਇਸ ਕਰਕੇ ਅਸੀਂ ਇੱਕ ਆਪਣੀ ਗਵਰਨਮੈਂਟ ਨੂੰ ਅਪੀਲ ਕਰਦੇ ਹਾਂ ਕਿ ਸਾਡੀ ਸਿਹਤ ਦੀ ਬਾਂਹ ਫੜੀ ਜਾਵੇ, ਸਾਨੂੰ ਇੱਥੋਂ ਕੱਢਿਆ ਜਾਵੇ। ਅਸੀਂ ਆਪਦੇ ਬਹੁਤ ਧੰਨਵਾਦੀ ਹੋਵਾਂਗੇ। ਆਹ ਦੇਖ ਲਓ ਜੀ, ਇੱਥੇ ਨਾ ਮਤਲਬ ਕਿ ਤਰੀਕਾਂ ਸਾਡੀਆਂ ਲਿਖੀਆਂ ਹੋਈਆਂ ਜਿਹੜੀਆਂ ਆਏ ਸੀ ਅਸੀਂ, ਅਤੇ ਆਹ ਦੇਖ ਲਓ ਇਹਨਾਂ ਦਾ ਮਤਲਬ ਕਿ 5/3/2020 ਨੂੰ ਆਇਆ ਸੀ ਮੁੰਡਾ ਇੱਥੇ, ਅਤੇ ਆਊਟ ਦੀ ਤਰੀਕ ਨਹੀਂ ਹਾਲੇ ਤੱਕ ਅਸੀਂ ਮਤਲਬ ਲਿਖ ਸਕੇ। ਸਾਨੂੰ ਇੱਥੇ ਵੇਖ ਲਓ ਤੁਸੀਂ ਆਪ ਹੀ ਕਿੰਨਾ ਕਿੰਨਾ ਟਾਈਮ ਹੋ ਚੁੱਕਿਆ ਗਾ। ਇੱਧਰ ਵੀ ਆਹ ਦੇਖ ਲਓ ਕਿੰਨੀਆਂ ਕਿੰਨੀਆਂ ਤਰੀਕਾਂ ਲਿਖੀਆਂ ਹੋਈਆਂ, ਕੰਧਾਂ ਭਰੀਆਂ ਹੋਈਆਂ ਮੁੰਡਿਆਂ ਦੀਆਂ, ਕੋਈ ਇੱਥੇ ਸੁਣਵਾਈ ਨਹੀਂ ਕਰ ਰਿਹਾ, ਕੁਛ ਨਹੀਂ ਕਰ ਰਿਹਾ ਭਾਈ। ਠੀਕ ਹੈ, ਵੱਧ ਤੋਂ ਵੱਧ ਜਿਹੜੀ ਵੀਡੀਓ ਇਹ ਮਤਲਬ ਕਿ ਸਾਡੀ ਮਦਦ ਕੀਤੀ ਜਾਵੇ ਦੇਖ ਕੇ, ਤਾਂ ਜੋ ਅਸੀਂ ਆਪਦੇ ਇੰਡੀਆ ਪਰਿਵਾਰ ਨੂੰ ਮਿਲ ਸਕੀਏ। ਬਈ ਸਾਰਿਆਂ ਬਹੁਤ ਧੰਨਵਾਦੀ ਹੋਵਾਂਗੇ, ਆਹ ਵੀਡੀਓ ਵੱਧ ਤੋਂ ਵੱਧ ਮੇਰਾ ਭਰਾ ਗਰੁੱਪ ਹੈ ਸ਼ੇਅਰ ਕਰਿਓ ਜਿੰਨਾ ਹੋ ਸਕੇ ਮੇਰਾ ਭਰਾ। ਅਸੀਂ ਇੱਥੇ 51 ਬੰਦੇ ਫਸੇ ਹੋਏ ਹਾਂ ਬਾਹਰੋਂ, 51 ਤੋਂ ਇਲਾਵਾ ਬਾਹਰੋਂ ਬੰਦਿਆਂ ਦੀ ਪੈਸੇ ਲੈ ਕੇ ਬਾਹਰੋਂ ਬੰਦਿਆਂ ਤੋਂ ਬਾਹਰੋਂ ਬੰਦੇ ਚੜ੍ਹਾ ਰਹੇ ਹਾਂ। ਸਾਡੇ ਤੋਂ ਪਤਾ ਨਹੀਂ ਕਿੰਨਾ ਅਸੀਂ ਦੁਖੀ ਹਾਂ ਇੱਥੇ, ਬਹੁਤ ਰੋਟੀ ਪਾਣੀ ਤੋਂ ਵੀ ਹਰ ਪਾਸਿਓਂ ਦੁਖੀ ਹਾਂ। ਬੱਚਿਆਂ ਇੱਥੇ ਤਾਂ ਸਾਡੇ ਤੋਂ ਪੈਸੇ ਵੀ ਮੰਗਦੇ ਆ, ਸਾਡੇ ਹੁਣ ਬੱਚਿਆਂ ਦਾ ਕੌਣ ਵਾਲੀ ਵਾਰਸ ਹੋਊਗਾ ਉੱਥੇ, ਵੀ ਅਸੀਂ 9 ਮਹੀਨੇ ਹੋ ਗਏ ਪੈਸੇ ਨਹੀਂ ਪਾਏ, ਉਹਨਾਂ ਦਾ ਕਿੱਦਾਂ ਉਹਨਾਂ ਦਾ ਸਰਦਾ ਹੋਊਗਾ। ਇਹਦੀ ਜ਼ਿੰਮੇਵਾਰ
ਬਾਬਾ ਮਨਜੀਤ ਅਤੇ ਅੰਬੈਸੀ ਹੋਊਗੀ ਜੇ ਸਾਨੂੰ ਕੁਛ ਹੋ ਜਾਵੇ, ਅਸੀਂ ਅੱਗ ਲਾ ਲਈਏ ਕੁਛ ਵੀ ਹੋ ਗਿਆ, ਸਾਨੂੰ ਇਹਦੀ ਜ਼ਿੰਮੇਵਾਰ ਉਹੀ ਆ। ਇਹ ਸਾਨੂੰ ਜੇਲ੍ਹ 'ਚ ਪਹੁੰਚਾਉਣ ਵਾਲੀ ਵੀ ਅੰਬੈਸੀ ਦਾ ਹੀ ਹੱਥ ਹੈ ਕਿ ਇਹ ਸਾਨੂੰ ਕਹਿੰਦੇ ਸੀ ਕਿ ਤੁਸੀਂ 15 ਦਿਨਾਂ ਦੇ ਵਿੱਚ ਮਤਲਬ ਕਿ ਇੰਡੀਆ ਵੀ ਚਲੋ ਆਪਦੇ ਚਲੇ ਜਾਓਗੇ। 22 ਦਿਨਾਂ ਦਾ ਪ੍ਰੋਸੀਜਰ ਹੁੰਦਾ ਵੀ 22 ਦਿਨਾਂ ਦੇ ਵਿੱਚ ਇਹਨਾਂ ਨੇ ਅਮਰ ਨਾਮ ਨੇ ਚਾੜ੍ਹਨਾ ਹੁੰਦਾ ਸਾਨੂੰ। ਸਾਡੇ ਵੀਰੇ ਸਾਰੇ ਕਾਗਜ਼ ਪੱਤਰ ਸਾਡੇ ਸਾਰਾ ਸਾਨੂੰ 6-6 ਮਹੀਨੇ ਹੋ ਗਏ, ਟਿਕਟਾਂ ਸਾਰਾ ਕੁਝ ਮਾਲ ਪਊ ਤੇ ਆਂ ਦਾਰ ਕੇ ਵੀਰੇ ਸਾਨੂੰ ਫਿਰ ਵੀ ਨਹੀਂ ਚੜਾ ਰਹੇ, ਨਾ ਕੋਈ ਰਾਹ ਦੇ ਰਹੇ, ਨਾ ਕੋਈ ਪਾਸ। ਅਸੀਂ ਦੱਸ ਵੀਰੇ ਕਿੱਥੇ ਜਾਈਏ, ਠੀਕ ਆ? ਬਾਹਰੋਂ ਸਾਡੇ ਜਿੰਨੀਆਂ ਕੰਪਨੀਆਂ ਵਾਲੇ ਆ ਸਾਰਿਆਂ ਨੇ ਪੈਸੇ ਦੇ ਕੇ ਟਿਕਟਾਂ ਦੇ ਪੈਸੇ ਇੱਥੇ ਦੇ ਕੇ, ਪਰ ਇਹ ਐਂਬੈਸੀ ਹੈ ਕਿ ਜਿਹੜੇ ਬਾਹਰ ਪੈਸੇ ਖਾ ਖਾ ਕੇ। ਸਾਨੂੰ ਵੀ ਪਤਾ ਲੱਗਾ ਵੀ 10 ਤਰੀਕ ਨੂੰ ਇੱਥੇ ਪਲੈਨ ਆ ਰਿਹਾ, ਸਾਡੀ ਕੋਈ ਇੱਥੇ ਹੈ ਨਹੀਂ, ਇੱਥੋਂ ਇੱਕ ਬੰਦਾ ਵੀ ਜਾਣਾ ਹੋਊਗਾ ਉੱਥੇ। ਬਾਹਰੋਂ ਬੰਦੇ ਪੈਸੇ ਲੈ ਲੈ ਕੇ ਆਪ ਬਿਜ਼ਨਸ ਕਰ ਰਹੇ ਆ, ਅੰਬੈਸੀ ਅਤੇ ਬਾਬਾ ਮਨਜੀਤ ਹੋਰ ਪਤਾ ਨਹੀਂ ਕੌਣ ਕੌਣ ਰਲੇ ਹੋਣਗੇ ਇਹਨਾਂ ਦੇ ਨਾਲ, ਬਿਜ਼ਨਸ ਕਰ ਰਹੇ, ਪੈਸੇ ਕਮਾ ਰਹੇ ਆ, ਅਤੇ ਕਈ ਜਾਂਦੇ ਬੰਦੇ ਬਸ ਲਵਲਾਂ 'ਚੋਂ ਕਢਾਏ ਆ, ਅਤੇ ਅਸੀਂ ਇੱਥੇ ਫਸੇ, ਸਾਨੂੰ ਕੋਈ ਦੱਸਿਆ ਜਿਹੜਾ ਵੀ ਜਹਾਜ਼ ਹੁੰਦਾ ਫਸੇ ਹੋਏ ਆ। ਇਹ ਜਿਹੜਾ ਜਹਾਜ਼ ਹੁੰਦਾ ਇਹ ਸਤਿਗੁਰੂ ਵਾਲਿਆਂ ਦਾ, ਇਹਨਾਂ ਦਾ ਦਫ਼ਤਰ ਬਣਿਆ ਹੋਇਆ ਲਵਲਾਂ ਦੇ ਵਿੱਚ, ਕਿ ਉਹਨਾਂ ਨੂੰ ਫੋਨ ਕੀਤਾ ਜਾਵੇ, ਉਹ ਕਹਿੰਦੇ ਅੰਬੈਸੀ ਨਾਲ ਗੱਲ ਕਰੋ। ਅੰਬੈਸੀ ਕਹਿੰਦੀ ਕਿ ਬਾਬੇ ਮਨਜੀਤ ਨੂੰ ਗੱਲ ਕਰੋ, ਬਾਬਾ ਮਨਜੀਤ ਇੱਥੇ ਦਾ ਲੱਗਾ ਕਿ ਅਫਸਰ ਲੱਗਾ ਇੱਥੇ ਦਾ, 2 ਟਕੇ ਦਾ ਬੰਦਾ ਨਹੀਂ ਇੱਥੇ ਖਾਂਦਾ ਫਿਰਦਾ, ਸਾਡੇ ਕੋਲ ਗਾਲਾਂ ਲੈਂਦਾ। ਸਤਿਗੁਰੂ ਵਾਲੇ ਨਾਲ ਸਾਰਿਆਂ ਨਾਲ ਰਲੇ ਹੋਏ ਆ, ਅੰਬੈਸੀ ਵੀ ਨਾਲ ਰਲੀ ਹੋਈ ਹੈ, ਕੋਈ ਇਹ ਹੱਥ ਪੱਲਾ ਨਹੀਂ। ਬਾਹਰੋਂ $50,000 $70,000 $80,000 ਦੀ ਟਿਕਟ ਦੇ ਕੇ ਫਿਰ ਬੰਦਿਆਂ ਨੂੰ ਇੰਡੀਆ ਚੜ੍ਹਾਉਂਦੇ, ਸਾਰੇ ਪੈਸੇ ਖਾਣ ਵਾਲੇ ਇੱਥੇ ਬੈਠੇ। ਕਹੀ ਕੱਲ੍ਹ ਨੂੰ ਨਹੀਂ ਪਰਸੋਂ ਤੱਕ ਅਸੀਂ ਕੁਝ ਆਪਣੇ ਆਪ ਨੂੰ ਕਰ ਲੈਣਾ, ਅਸੀਂ ਕੁਝ ਮਰ ਗਿਆ ਇੱਥੇ ਕੋਈ ਬੰਦਾ, ਅੰਬੈਸੀ ਅਤੇ ਬਾਬਾ ਮਨਜੀਤ ਦੀ ਜ਼ਿੰਮੇਵਾਰ। ਇਹ 51 ਪਿੰਡਾਂ ਦਾ ਮਸਲਾ ਆ, 51 ਬੰਦੇ ਅਸੀਂ ਹਰ ਪਿੰਡ ਦੇ, 51 ਪਿੰਡਾਂ ਦਾ ਮਸਲਾ। ਦੇਖੋ 51 ਪਿੰਡਾਂ ਦਾ ਕੀ ਕਿੱਦਾਂ ਹਾਲ ਹੋਊਗਾ, ਉਹਨਾਂ ਦੇ ਪਰਿਵਾਰਾਂ ਦਾ ਕਿੱਦਾਂ ਪਿੱਛੇ ਹੋਊਗਾ ਜੇ ਸਾਨੂੰ ਕੁਛ ਹੋ ਗਿਆ, ਬੱਚਿਆਂ ਨੂੰ ਕੌਣ ਪਾਲੂਗਾ, ਕਿੱਦਾਂ ਹੋਊਗਾ, ਕੋਈ ਇੱਥੇ ਰੋਟੀ ਨਹੀਂ, ਕੋਈ ਇੱਥੇ ਪਾਣੀ ਨਹੀਂ। ਸੋ ਵੀਰੇ ਧੰਨਵਾਦ ਸਾਰਿਆਂ ਦਾ ਭਈਆ, ਵੀਡੀਓ ਸਾਰੇ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਵੀਰੇ, ਜੇ ਹੋ ਸਕਿਆ ਸਾਰੇ ਮਦਦ ਕਰਿਓ ਮੇਰਾ ਭਰਾ, ਧੰਨਵਾਦ ਵੀਰੇ ਸਾਰਿਆਂ ਦਾ। ਉਹ ਦੇਖ ਲਓ ਬਾਈ, ਜੇਲ੍ਹ ਦੇ ਗੇਟ ਆ ਮੁੰਡੇ ਜਿਹੜੇ ਉਹ ਖੜੇ ਨੇ ਗੇਟ ਦੇ ਉੱਪਰ, ਕਿਉਂਕਿ ਇੱਥੇ ਮਤਲਬ ਕਿ ਪੁਲਿਸ ਵਾਲਿਆਂ ਦਾ ਵੀ ਪਤਾ ਕੋਈ ਨਹੀਂ ਹੈ ਵੀ ਕਦ ਪੁਲਿਸ ਵਾਲਿਆਂ ਨੇ ਆਇਆ, ਠੀਕ ਹੈ, ਮੁੜ ਕੇ ਫਿਰ ਪਟਾਉਣਾ ਸ਼ੁਰੂ ਕਰ ਦੇਣਾ। ਭਗਵੰਤ ਮਾਨ ਤੱਕ ਜ਼ਰੂਰ ਪਹੁੰਚਾਓਗੇ, ਉਹੀ ਸਾਡੀ ਬਾਂਹ ਫੜ ਸਕਦਾ, ਔਰ ਕੋਈ ਨਹੀਂ ਸਾਡਾ ਹੀਲਾ ਕਰ ਸਕਦਾ। ਬਾਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੈਨਿਕ ਸਵੇਰਾ ਲਈ ਜੋਤੀ ਬੈਲ ਦੀ ਰਿਪੋਰਟ। क्या है परेशान, क्या आपकी समस्या का हल नहीं हो पा रहा, तो निराश ना हो। 17 बार गोल्ड मेडलिस्ट मियार रफीक मोहम्मद, जिनके पास है आपकी हर समस्या का हल, चाहे वो बिजनेस से रिलेटेड हो, या फिर हो करियर से रिलेटेड, या फिर हो लव रिलेशनशिप, आपकी समस्या का हल होगा 31 घंटों में। फिर देर किस बात की, स्क्रीन पे दिए गए नंबर्स के ऊपर कॉल करो और अपनी समस्या का हल जल्द से जल्द पाए। देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स।